जो शॉल्स हम पहनते हैं, जो कंगन पहनते हैं, जो चमचे यूज करते हैं, जो बर्तन यूज करते हैं, सब आ गए। तो मैंने तो लगता सागिया ही पेंटिंग्स दे एक कोई ना कोई स्टोरी जरूर है, बट मैं थोड़े को जानना चाहवा कि पेंटिंग है जिन्हें तुम पूरी एग्जीबिशन के बार बार वेखन जा रहे हो। पुराना घर है चंडीगढ़ का, तो पुरानी चीज़ें मुझे पसंद है, तो एक तरीके से ये भी एक आर्ट पीस बन गया आज के दिन में। पर मैं जानना चाहवा कि एक इंजीनियर ते आर्टिस्ट का मेल कदों होया? जी मैं 10 साल तो बना रहा हूं, इंजीनियरिंग ते आर्ट का मेल तो मैं हमेशा ही रहा है। रोबोट्स घर के खेडते हुए भी वेख्या, न्याणियों फिल्मों के भी वेख लेने, तुहाडा रोबोट्स दे नाल खासा प्यार है, मैं देख रहा तुसीं बहुत सोहना उन्हां दा बनाया होया है। मैम ये दोनों एक गोरिला हेड्स तो इंस्पायर्ड है, एक मूवी आई सी प्लैनेट ऑफ द एप्स ओदे तो इंस्पायर्ड है, एक दा नाम नाइट है एक दा नाम ज़ोरो है। ਜਿਵੇਂ ਬਰਡ ਕੋਈ ਬਣਾਉਣਾ ਸੀ ਤਾਂ ਇਹ ਤੁਹਾਨੂੰ ਪਤਾ ਹੀ ਹੈ ਨੈਸ਼ਨਲ ਬਰਡ ਆਫ ਪੰਜਾਬ ਹੈ, ਬਟਰ ਚਿਕਨ ਤਾਂ ਫਿਰ ਉੱਥੋਂ ਇੰਸਪਾਇਰ ਹੋ ਗਿਆ। ਪੰਜਾਬੀਆਂ ਦਾ ਇਹਦੇ ਨਾਲ ਕਨੈਕਸ਼ਨ ਰਹਿੰਦਾ ਹੀ ਰਹਿੰਦਾ ਹੈ। ਸੋ ਅਸੀਂ ਦੇਖ ਸਕਦੇ ਹਾਂ ਡਿਫਰੈਂਟ ਡਿਫਰੈਂਟ ਇਸ ਦੇ ਵਿੱਚ ਚਾਕਲੇਟਸ ਦੇਖਣ ਨੂੰ ਮਿਲਣਗੀਆਂ। ਮਜ਼ੀਮੋ ਚਾਕਲੇਟ ਮੈਮ ਇੱਕ ਤੋਂ ਨਾਰਥ ਇੰਡੀਆ ਦੇ ਅੰਦਰ ਇਹ ਪਹਿਲਾ ਕਨਸੈਪਟ ਹੈਗਾ ਜਿਹੜਾ ਬੀਨ ਟੂ ਬਾਰ ਕੰਮ ਕਰਦਾ ਹੈ। ਸੋ ਐਗਜ਼ੀਬਿਸ਼ਨ ਦੀ ਜਿੰਨੀ ਭੀੜ ਹੈ ਇੱਥੇ ਜ਼ਰੂਰ ਇੱਕ ਵਾਰ ਆ ਕੇ ਚੈੱਕ ਆਊਟ ਕਰ ਰਹੀ ਹੈ। ਬਿਲਕੁਲ ਬਿਲਕੁਲ, ਬੜਾ ਕਾਫੀ ਪਿਆਰ ਮਿਲਿਆ ਜੀ ਸਾਡੇ ਚਾਕਲੇਟ ਨੂੰ, ਬਹੁਤ ਜ਼ਿਆਦਾ ਚਾਕਲੇਟ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਠੀਕ ਹੈ, ਕੋਈ ਇੱਕ ਸਾਨੂੰ ਟੇਸਟ ਕਰਵਾਓਗੇ? ਬਿਲਕੁਲ ਜੀ। ਆਪਾਂ ਹੇਜ਼ਲਨਟ ਦੀ ਗੱਲ ਕਰੀ ਸੀ, ਟਾਰਕ ਹੇਜ਼ਲਨਟ ਤੁਸੀਂ ਟਾਰਕ It's really good. It's really too good. ਪਰ ਇਹ ਬਹੁਤ ਟੇਸਟੀ ਹੈ। ਤੁਸੀਂ ਇਹਨਾਂ ਚੀਜ਼ਾਂ ਦਾ ਫਿਊਚਰ ਕਿਵੇਂ ਦੇਖਦੇ ਹੋ? ਆਰਟ ਹੀ ਫਿਊਚਰ ਹੈ। ਆਰਟ ਪਾਸਟ ਵੀ ਥਾ, ਪ੍ਰੈਜ਼ੈਂਟ ਵੀ ਹੈ, ਫਿਊਚਰ ਵੀ ਹੈ। ਹਮ ਜਬ ਪਾਸਟ ਵੀ ਦੇਖਤੇ ਹੈਂ, ਜਬ ਸਬਸੇ ਪੁਰਾਨੀ ਦੁਨੀਆ ਕੀ ਕੇਵਸ ਦੇਖਤੇ ਹੈਂ, ਤਬ ਵੀ ਇਜਿਪਟ ਮੇਂ। ਮੈਨੂੰ ਲੱਗਦਾ ਸਾਡੀ ਸਾਰੀ ਲਾਈਫ ਨਾ ਆਰਟ ਦੇ, ਮਿਊਜ਼ਿਕ ਦੇ, ਫੈਸ਼ਨ ਦੇ, ਸਟਾਈਲਿੰਗ ਦੇ ਇਰਦ ਗਿਰਦ ਹੁੰਦੀ ਹੈ, ਲੇਕਿਨ ਮੈਨੂੰ ਲੱਗਦਾ ਸਾਡੇ ਘਰਾਂ ਦੀ ਬਿਊਟੀ ਜਿਹੜੀ ਹੁੰਦੀ ਹੈ ਉਹ ਸੀਨਰੀਜ਼ ਨਾਲ ਹੁੰਦੀ ਹੈ, ਆਫਿਸਿਸ ਦੀ, ਐਂਡ ਕਿਤੇ ਵੀ ਚਲੇ ਜਾਓ ਤੁਸੀਂ ਅਟਰੈਕਟ ਜ਼ਰੂਰ ਹੁੰਦੇ ਹੋ, ਕਿਉਂਕਿ ਇੱਕ ਥੋਟ ਪ੍ਰੋਸੈਸ ਤੁਹਾਨੂੰ ਇੱਕ ਪੇਂਟਿੰਗ ਦੇ ਵਿੱਚ ਓਬਵੀਅਸਲੀ ਨਜ਼ਰ ਆਉਂਦਾ ਹੈ। ਜਿਹਨੇ ਵੀ ਉਹ ਬਣਾਈਆਂ ਹੁੰਦੀਆਂ ਨੇ ਉਹਨਾਂ ਦਾ ਕੁਛ ਨਾ ਕੁਛ ਇਮੋਸ਼ਨ ਕਨੈਕਟ ਹੁੰਦਾ, ਮੇ ਬੀ ਉਹ ਸੁਸਾਇਟੀ ਨਾਲ ਰਿਲੇਟਡ ਹੋ ਸਕਦਾ, ਉਹ ਇਮੋਸ਼ਨਸ ਨਾਲ ਰਿਲੇਟਡ ਹੋ ਸਕਦਾ। ਵੈਲ ਅਸੀਂ ਜਿੱਥੇ ਆਏ ਹਾਂ ਇੱਥੇ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਪੇਂਟਿੰਗਸ ਹੈ, ਕਿਉਂਕਿ ਇੱਥੇ ਐਗਜ਼ੀਬਿਸ਼ਨ ਲੱਗੀ ਹੋਈ ਹੈ, ਆਰਟ ਗੈਲਰੀ ਹੈ, ਬਹੁਤ ਹੀ ਬਿਊਟੀਫੁਲ, ਐਂਡ ਜੋ ਉਹ ਆਰਗੇਨਾਈਜ਼ ਕਰਦੇ ਨੇ ਪਿਛਲੇ 2-2.5 ਸਾਲਾਂ ਤੋਂ ਉਹ ਸਾਡੇ ਨਾਲ ਹੈ। ਸੋ ਮੈਂ ਉਹਨਾਂ ਤੋਂ ਮਤਲਬ ਜਾਣਨਾ ਚਾਹਾਂਗੀ ਕਿ ਇਸ ਦੇ ਪਿੱਛੇ ਉਹਨਾਂ ਦਾ ਥੋਟ ਪ੍ਰੋਸੈਸ ਕੀ ਹੈ। ਸੋ ਪਹਿਲੇ ਮਹਿਜ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਐਂਡ ਤੁਸੀਂ ਬਹੁਤ ਹੀ ਖੂਬਸੂਰਤ ਹੋ, ਐਂਡ ਤੁਹਾਡੀਆਂ ਪੇਂਟਿੰਗਸ ਵੀ ਬਹੁਤ ਖੂਬਸੂਰਤ ਨੇ। ਦੈਟਸ ਸੋ ਬਹੁਤ, ਦੈਟਸ ਸੋ ਕਾਈਂਡ ਆਫ ਯੂ, ਥੈਂਕ ਯੂ। ਸੋ ਮੈਨੂੰ ਇਹ ਮਤਲਬ 105 ਬਾਰੇ ਜ਼ਰੂਰ ਦੱਸੋ, 105 ਆਰਟਸ ਹੈ ਨਾ, ਬਹੁਤ ਸੋਹਣੀਆਂ ਪੇਂਟਿੰਗਸ ਨੇ, ਕੀ ਵਿਜ਼ਨ ਹੈ, ਕਿਵੇਂ ਸਟਾਰਟ ਕੀਤਾ, ਘਰ ਦੇ ਵਿੱਚ ਤੁਸੀਂ ਐਗਜ਼ੀਬਿਸ਼ਨ ਲਗਾਉਣ ਬਾਰੇ ਕਿਉਂ ਸੋਚ ਰਹੇ ਹੋ? ਇਹ ਪੁਰਾਣਾ ਘਰ ਹੈ ਚੰਡੀਗੜ੍ਹ ਕਾ, ਤੋ ਪੁਰਾਣੀ ਚੀਜ਼ੇ ਮੁਝੇ ਪਸੰਦ ਹੈ, ਤੋ ਇੱਕ ਤਰੀਕੇ ਸੇ ਯੇ ਵੀ ਇੱਕ ਆਰਟ ਪੀਸ ਬਨ ਗਿਆ ਅੱਜ ਕੇ ਦਿਨ ਮੇਂ, ਜੋ ਪੁਰਾਣੇ ਘਰ ਹੈ ਹਮਾਰੇ, ਐਂਡ ਜੋ ਲੀਡਿੰਗ ਆਰਟਿਸਟ ਹੈ ਕੰਟਰੀ ਕੇ, ਐਂਡ ਜੋ ਯੰਗ ਆਰਟਿਸਟ ਹੈ ਜਿਨਕੋ ਪਲੇਟਫਾਰਮ ਕੀ ਜ਼ਰੂਰਤ ਹੈ। ਏਮ ਯਹੀ ਹੈ ਕਿ ਹਮ ਲੀਡਿੰਗ ਆਰਟਿਸਟ ਐਂਡ ਯੰਗ ਆਰਟਿਸਟ ਕੋ ਦੋਨੋਂ ਕੋ ਇੱਕ ਪਲੇਟਫਾਰਮ ਦੇ ਸਕੇ, ਐਂਡ ਜੋ ਯੰਗ ਬਾਇਰ ਹੈ ਜਾਂ ਸੀਜ਼ਨ ਕਲੈਕਟਰ ਹੈ, ਹਮ ਉਨ ਸਭਕੋ ਇੱਕ ਪਲੇਟਫਾਰਮ ਦੇ ਸਕੇ ਜਹਾਂ ਉਹ ਸਭ ਆਪਸ ਮੇਂ ਬਾਤ ਕਰ ਸਕੇ, ਕਲਚਰ ਕੀ ਟਾਕ ਹੋ ਸਕੇ, ਕਿਉਂਕਿ ਆਈ ਫੀਲ ਜਬ ਹਮ ਜ਼ਿਆਦਾ ਕਲਚਰ ਆਰਟ ऐसी चीजों के बारे में बात करेंगे, एंड हर चीज कमर्शियल होनी जरूरी नहीं है, खरीदनी जरूरी नहीं है, मगर अगर ये पॉजिटिव चीजों के अंदर हम रहेंगे, उसके बारे में बातचीत होगी, तो लड़ाई झगड़े के लिए टाइम ही नहीं बचेगा। पॉजिटिविटी रही, राइट? तो इट्स 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 अ वेरी आई थिंक इट बिल्ड्स अस, यू नो। आर्ट इज द हार्ट ऑफ अर्थ। अगर हम अर्थ की स्पेलिंग देखें तो उसके सबसे बीच के जो तीन वर्ड्स हैं वो आर्ट है। ਬਹੁਤ ਹੀ ਖੂਬਸੂਰਤੀ ਦੇ ਨਾਲ ਤੁਸੀਂ ਇਸ ਚੀਜ਼ ਨੂੰ ਜਿਹੜਾ ਬਿਆਨ ਕੀਤਾ ਹੈ, ਪਰ ਮੈਂ ਇੱਕ ਚੀਜ਼ ਜਾਣੀ ਚਾਹੁੰਦੀ, ਬਲੈਕ ਐਂਡ ਵਾਈਟ ਤੁਸੀਂ ਨਾਮ ਕਿਉਂ ਥੀਮ ਦਿੱਤਾ ਇਹਨੂੰ? ਬਲੈਕ ਐਂਡ ਵਾਈਟ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਕਿ ਬਈ ਹਾਰਸ਼ ਹੋ ਸਕਦਾ ਹੈ, ਬਟ ਆਈ ਫੀਲ ਬਲੈਕ ਐਂਡ ਵਾਈਟ ਇੱਕ ਡ੍ਰੀਮਸਕੇਪ ਵੀ ਕ੍ਰੀਏਟ ਕਰਦਾ ਹੈ, ਰਾਈਟ? ਤੋ ਜਿਸ ਤਰੀਕੇ ਸੇ ਡਿਸਟਿਲਡ ਵਰਜ਼ਨ, ਕਲਰ ਇਜ਼ ਡਿਸਕ੍ਰਿਪਟਿਵ, ਯੂ ਨੋ, ਇਟ ਡਿਸਕ੍ਰਾਈਬਸ, ਬਟ ਜਬ ਹਮ ਬਲੈਕ ਐਂਡ ਵਾਈਟ ਦੇਖਦੇ ਹਾਂ, ਹਮ ਸੋਚਨੇ ਪੇ ਮਜਬੂਰ ਹੋ ਜਾਂਦੇ, ਹਮ ਉਸਕੇ ਥੋਟ ਕਰਦੇ ਹਾਂ, ਉਸਕੇ ਬਾਰੇ ਮੇਂ ਉਸਕੇ ਅੰਦਰ ਲੀਨ ਹੋ ਜਾਂਦੇ ਹਾਂ, ਉਸਕੇ ਅੰਦਰ ਪੂਰਾ ਕਈ ਸਾਰੇ ਔਰ ਇਮੋਸ਼ਨਸ ਬਾਹਰ ਨਿਕਲ ਕੇ ਆਉਂਦੇ ਹੈ। ਤੋ ਇਟਸ ਬਹੁਤ ਲੀਡਿੰਗ ਆਰਟਿਸਟ ਹੈ ਕੰਟਰੀ ਕੇ ਜਿਨ੍ਹਾਂ ਯਹਾਂ ਪਰ ਐਗਜ਼ਿਬਿਟ ਕੀਆ ਹੈ, ਐਂਡ ਉਹਨੇ ਵੀ ਆਰ ਵੈਰੀ ਗ੍ਰੇਟਫੁਲ, ਉਹਨਾਂ ਨੇ ਸਪੈਸ਼ਲੀ ਹਮਾਰੇ ਲਈ ਬਲੈਕ ਐਂਡ ਵਾਈਟ ਵਰਕਸ ਬਣਾ ਕੇ ਦੀਏ ਹੈ, ਐਂਡ ਦੇ ਆਰ ਜਸਟ ਵੰਡਰਫੁਲ। ਮੈਨੂੰ ਇਹ ਲੱਗਦਾ ਹੈ ਕਿ ਅਸੀਂ ਜਿਹੜੇ ਮਤਲਬ ਆਰਟਿਸਟ ਲੋਕ ਹੁੰਦੇ ਹਾਂ ਨਾ, ਪੇਂਟਰਸ ਹੋ ਗਏ, ਕੋਈ ਵੀ ਆਰਟਿਸਟ ਹੋ ਗਿਆ, ਜਿਨ੍ਹਾਂ ਦੇ ਅੰਦਰ ਆਰਟ ਹੈ, ਜੋ ਆਪਣੇ ਆਰਟ ਨੂੰ ਆਪਣੇ ਟੈਲੈਂਟ ਦੇ ਥਰੂ ਯੂ ਨੋ ਡਿਸਕ੍ਰਾਈਬ ਕਰਨਾ ਚਾਹੁੰਦੇ ਨੇ, ਉਹ ਥੋੜ੍ਹੇ ਜਿਹੇ ਇਮੋਸ਼ਨਲੀ ਚੀਜ਼ਾਂ ਨੂੰ ਵੇਖਦੇ ਨੇ। ਸੋ
बट बहुत घट लोग ने जो इमोशंस नाल कनेक्ट कर पाते हैं, पर मैं थोड़े को जानना चाहूँगी कि तुम इन चीज़ों का फ्यूचर किवें देखते हो। आप फिर से बताएं, मतलब फ्यूचर ऑफ आर्ट जैसे। आई थिंक आर्ट ही फ्यूचर है। आर्ट पास्ट भी था, प्रेजेंट भी है, फ्यूचर भी है। हम जब पास्ट भी देखते हैं, जब सबसे पुरानी दुनिया की केव्स देखते हैं, तब भी इजिप्ट में भीमबेटका केव्स, तब भी आर्ट थी, पिक्टोग्राफिक थी, आज भी है। चाहे आज अब NFT तक पहुंच गए हैं, आर्ट तो जब से ह्यूमन काइंड है तब से है, तब से ही है। मैं लगता है एक गल सारे ने समझनी चाहिए एंड रिस्पेक्ट देनी चाहिए। जो शॉल्स हम पहनते हैं, जो कंगन पहनते हैं, जो चमचे यूज करते हैं, जो बर्तन यूज करते हैं, सब आर्ट है। राइट। सो मैंने तो लगता सारिया ही पेंटिंग्स दे एक कोई ना कोई स्टोरी जरूर है, बट मैं थोड़े को जानना चाहूंगी केड़ी पेंटिंग है जिन्होंने तुम पूरी एग्जीबिशन बार बार वेखन जा रहे हो। You know, this is like asking a mother की favorite बच्चा बच्चा कौन सा है। So हर रोज अलग वर्क अच्छा लगता है, कभी कोई कभी कोई, सब बढ़िया है, सब बढ़िया, मतलब beautiful, they are beautiful, they are heart stealers and they emotionally tug करते हैं, emotionally connect करते हैं, which is what makes them great art. And a very happy Women's Day to you. So मैं जरूर चाहवांगी कि ओ वीमेंस जो कुछ करना चाहदियां ने, जो कुछ कर रही ने, और जिन्होंने करने के लिए एक मोटिवेशन चाहिए, तुसे जरूर कुछ कहो। तुसे बहुत अच्छे प्लेटफॉर्म से लिया के इन्होंने चीजों नू जो है फ्लॉन्ट कर रहे हो ब्यूटीफुली। थैंक यू, थैंक यू। आई फील एवरी डे इज अ वुमेंस डे एंड आई एम फ्रॉम अ गर्ल्स कॉलेज, that's Lady Shri Ram College and that's and a girl's school for that matter, and I never and even I think we've never kabhi aise laga hi nahi ki hum aise koi cheez hai jo nahi kar sakte. It's always been ki kuch bhi kar sakte hai and koi bhi kuch bhi kar sakta hai, and I think misconception hai when we say ki women ko support nahi karti. I think girls make the best friends for other girls. We are all supportive. We all understand एक दूसरे की क्या प्रॉब्लम है, कब हेल्प चाहिए, किन दिनों में मदद चाहिए, एंड वी ऑल राइज टू द ओकेजन। बिल्कुल। सो वंस अगेन अ वेरी हैप्पी वुमेंस डे, कंग्रेचुलेशंस फॉर दिस, दिस इज सो ब्यूटीफुल एज यू आर, सो मे गॉड ब्लेस यू। थैंक यू मैम, थैंक यू। मुझे लगता है आर्ट की दुनिया ना वक्री होंगी है, आर्टिस्टिक बंदे भी वक्रे होंगे ने, उन्होंने किसी भी फील्ड के भेज दो, उन्होंने आर्ट किसी ना किसी फॉर्म के कभी ना कभी बाहर आ ही जाता है। सेम एज अं देख सकते हैं कि पॉली सिंह जी ने मैं बारे पढ़ रही थी और मैंने बड़ा इंटरस्टिंग लगे, क्योंकि जो मैं एंटर की थी तो मैं ये जो सारे स्कल्पचर्स देखे तो मैं ये सोच रही थी कि यार बड़े क्रिएटिविटी के नाल बनाए गए हैं। सो फिर मैं पढ़िया कि एक इंजीनियर मुंडा सीगा, फिर उस तो बाद किस तरह उन्होंने अपने ऑटोमोबाइल पार्ट्स के नाल ये बनाने शुरू किए एंड पूरे पंजाब दे विच इन्हां दी सर्विसेज वेखिया जांदियां ने। सो मैं पहले तो उन्होंने स्वागत करना चाहवांगी। भाजी सत श्री अकाल। सत श्री अकाल मैम, की हाल चाल? ऑल गुड, थैंक यू सो मच। थैंक यू सो मच तुहाडा, तुसीं इन्ना ज्यादा सानू सोहणियां सोहणियां चीजां वेखण नूं दित्तियां, इह वी अपने आप दे विच इक अलग ही वर्ल्ड है। पर मैं जानना चाहवांगी कि एक इंजीनियर ते आर्टिस्ट दा मेल कदों होया? मैं मेल तो शुरू तो ही सी, बिकॉज ये मैं 10 साल तो बना रहा, तो इंजीनियरिंग ते आर्ट का मेल तो मैम हमेशा ही रहा है। जो आप कोई भी स्कल्पचर देखिए, जिम्मे स्टोन कारविंग है या कुछ भी देखिए, इंजीनियरिंग टूल्स वगैरह तो यूज होंगे ही है। सो दिस इज अ लिटल बिट लाइक इवॉल्व हो गया, वी यूजिंग वेल्डिंग, वी यूजिंग कटिंग, वो सारा कुछ हो रहा है। रोबोट्स घरां दे विच खेडदे होए भी वेख्या, न्याणियां नूं फिल्मां दे विच भी वेख लैने, तुहाडा रोबोट्स दे नाल खासा प्यार है, मैं देख रही, तुसीं बहुत सोहना उहनां दा बनाया होया है। मैम बॉट्स नाल ये सीगा कि आई हैव ऑलवेज बीन रीडिंग साइंस फिक्शन, ते थोड़ी मूवीज भी ओदां दियां व्हेन वी वर व्हेन आई वाज ग्रोइंग अप, ते इट वाज ऑलवेज एट द बैक ऑफ द माइंड। ते फिर ओह जद बनाण लगे तां, क्योंकि इहनां दा बॉट्स दा ये हुंदा है कि तुसीं ਤੁਸੀਂ ਆਪਣੀ ਇਮੇਜਿਨੇਸ਼ਨ ਨਾਲ ਇਹਨਾਂ ਨੂੰ ਬਣਾ ਸਕਦੇ ਹੋ, ਬਿਕੋਜ਼ ਯੂ ਡੋਨਟ ਹੈਵ ਟੂ ਫੋਲੋ ਅ ਲਾਈਨ ਕਿ ਵੀ ਕਿੱਦਾਂ ਦਾ ਤੁਸੀਂ ਬਣਾਉਣਾ ਚਾਹੁੰਦੇ ਹੋ, ਕਿੰਨੀ ਹਾਈਟ ਰੱਖਣੀ ਚਾਹੁੰਦੇ ਹੋ, ਕਿੱਦਾਂ ਦੀ ਸ਼ੇਪ, ਉਹ ਤੁਹਾਡੀ ਆਪਣੀ ਚੋਇਸ ਹੈ। ਸੋ ਇਹਦੇ ਵਿੱਚ ਕ੍ਰੀਏਟਿਵ ਫਰੀडम ਥੋੜਾ ਜਿਹਾ ਮਿਲ ਜਾਂਦਾ। ਅੱਛਾ ਮੈਨੂੰ ਇੱਕ ਗੱਲ ਦੱਸੋ, ਕਦੋਂ ਇਦਾਂ ਹੋਇਆ ਕਿ ਕਿਤਾਬ ਪੜ੍ਹਦੇ ਪੜ੍ਹਦੇ ਦਿਮਾਗ ਦੇ ਵਿੱਚ ਕੁਝ ਆਇਆ, 4-5 ਚੀਜ਼ਾਂ ਚੱਕੀਆਂ ਔਰ ਬਣਾਉਣ ਲੱਗ ਗਏ? ਮੈਮ ਇਹ ਇਦਾਂ ਹੀ ਹੁੰਦਾ ਹੈ, ਹਮੇਸ਼ਾ ਇਦਾਂ ਹੀ ਹੁੰਦਾ ਹੈ। ਜਿਵੇਂ ਕੋਈ ਮੂਵੀ ਦੇਖ ਲਈ ਜਾਂ ਕੋਈ ਬੁੱਕ ਪੜ੍ਹ ਰਹੇ ਹੋ ਤੁਸੀਂ ਜਾਂ ਕੁਝ ਤੁਹਾਨੂੰ ਇਨਸਪੀਰੇਸ਼ਨ ਆਈ, फिर वट एवर इज लाइंग अराउंड, क्योंकि मैं अपनी वर्कशॉप के साइड से एक थोड़ा एरिया अपने लिए डेडिकेटेड कराया हुआ, उस मेरा समान पिया होता है। सो आई जस्ट काइंड ऑफ स्टार्ट ऑफ, तो फिर हौली हौली जिदा इमेजिनेशन होती है उदा वो इवॉल्व हो जाती है। मैंने एक चीज़ बड़ी बढ़िया लगी कि तुसी इस चीज़ को सिर्फ अपने तक सीमित नहीं रखे, कुछ लोग होंगे ने एक रूम तक रख लेंगे, लेकिन ये साडा शौक सीगा, तुसी उसनों प्रॉपरली फ्लॉन्ट कर रहे हो और पंजाब की मतलब वक् वक् थावां ते तुहाडी जिहड़ी ये कला है इसनों वेख्या भी जाता है, सराहाया भी जाता है।
people have been very kind and friends have been very receptive. Even the governments have been very receptive. Chandigarh MC, Ludhiana MC, Mohali MC. सारे काफी इनू एप्रिशिएट कर रहे हैं इस वेस्ट टू वेल्थ का जेड़ा इनिशिएटिव है जी. तो मेरी रिक्वेस्ट है प्लीज तुसी थोड़ा थोड़ा एक एक लाइन दे विच अपना इना बारे जरूर दसो. हैगे ते तुहाडे जज्बात ने ठीक है इंजीनियरिंग दे थ्रू बाहर निकले ने आर्ट फॉर्म दे विच बट थोड़ा थोड़ा जा जो पॉसिबल है. मैम ए दोनों एक गोरिला हेड्स तो इंस्पायर्ड है. एक मूवी आई सी प्लैनेट ऑफ द एप्स जी ओदे तो इंस्पायर्ड है. एक दा नाम नाइट है एक दा नाम ज़ोरो है. दिस इज अ रूस्टर. ए मैं वैसे ही आई वॉज ट्राइंग टू मेक समथिंग एक जिवें बर्ड कोई बनाना सी तां तुहानूं पता ही है नैशनल बर्ड ऑफ पंजाब है बटर चिकन. तां फिर उत्थों इंस्पायर हो गया. पंजाबियों दा इहदे नाल कनैक्शन रहिंदा ही रहिंदा है. ਇਹਦਾ ਨਾਮ ਹੈ ਕੈਪ ਡੈਪ. ਓਕੇ ਤੇ ਇਹ ਵੀ ਇਹ ਹੌਸ ਹੈਡਸ ਹੈ. ਮੈਂ ਤਿੰਨ ਹੌਸ ਹੈਡਸ ਬਣਾਏ ਸੀਗੇ ਮੈਂ ਇਕੱਠੇ ਹੀ. ਓਕੇ ਤੋ ਉਹ ਇੱਦਾਂ ਸ਼ੁਰੂ ਕੀਤੇ ਸੀਗੇ ਕਿ ਆਈ ਵਾਸ ਦਿਸ ਦੀਸ ਆਰ ਦ ਫਰਸਟ ਐਨੀਮਲ ਹੈਡਸ ਵਿਚ ਆਈ ਸਟਾਰਟਡ ਮੇਕਿੰਗ. ਤਾਂ ਮੈਂ ਤਿੰਨ ਇਕੱਠੇ ਸ਼ੁਰੂ ਕਰ ਲਏ ਸੀ ਕਿ ਇਟ ਵਿਲ ਬਿਕਮ ਅ ਲਿਟਲ ਈਜ਼ੀ ਫਾਰ ਮੀ ਟੂ ਮੇਕ. ਤੇ ਉਹ ਫਿਰ ਜਿੱਦਾਂ ਜਿੱਦਾਂ ਮੈਂ ਰਿਸਰਚ ਕਰਦਾ ਰਿਹਾ ਤਾਂ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਹੌਸਿਸ ਦੀਆਂ ਵੀ ਬਹੁਤ ਬਰੀਡਸ ਹੁੰਦੀਆਂ. ਤੇ ਫਿਰ ਉਹ ਦਿਨ ਆਈ ਟਰਾਈਡ ਟੂ ਮੇਕ ਦੈਮ ਅ ਲਿਟਲ ਡਿਫਰੈਂਟ. ਜਿਵੇਂ ਇੰਟਰਨੈਟ ਤੇ ਵੀ ਇਹਦੀ ਸ਼ੇਪ ਥੋੜੀ ਜਿਹੀ ਡਿਫਰੈਂਟ ਹੈ. ਥੋੜੀ ਦੇ ਲੁੱਕ ਸਿਮਿਲਰ ਪਰ ਥੋੜੇ ਜਿਹੇ ਉਹਨਾਂ ਚੇਂਜਸ ਹੁੰਦੇ ਆ. ਰਾਈਟ. ਸੋ ਸੋਹਣਾ ਲੱਗ ਰਿਹਾ ਵੇਖ ਕੇ ਐਂਡ ਆਈ ਵਿਸ਼ ਕਿ ਤੁਸੀਂ ਇਸੇ ਤਰ੍ਹਾਂ ਇਸ ਚੀਜ਼ ਨੂੰ ਹੋਰ ਜ਼ਿਆਦਾ ਆਈ ਮੀਨ ਫਲਾਂਟ ਕਰ ਪਾਓ. ਅੱਛੇ ਪਲੈਟਫਾਰਮ ਦੇ ਥਰੂ ਅਸੀਂ ਇਹਨੂੰ ਬਹੁਤ ਹਾਈ ਸਕਾਈ ਦੇਖੀਏ. ਸੋ ਆਲ ਦ ਵੈਰੀ ਬੈਸਟ ਐਂਡ ਥੈਂਕ ਯੂ ਸੋ ਮੱਚ. ਤੇ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਸਾਰੇ ਇੱਕ ਇੱਕ ਕਰਕੇ ਜ਼ਰੂਰ ਵਿਖਾਓ. 105 ਆਰਟ ਜਿਹੜੀ ਚੱਲ ਰਹੀ ਹੈ ਐਗਜ਼ੀਬਿਸ਼ਨ ਉਸਦੇ ਵਿੱਚ ਅਸੀਂ ਇੱਕ ਬਹੁਤ ਸੋਹਣਾ ਸਟਾਲ ਫਾਈਂਡ ਆਊਟ ਕੀਤਾ ਹੈ ਜਿਹਦਾ ਆਈ ਮੀਨ ਹੈਂਡ ਕ੍ਰਾਫਟਡ ਚੋਕਲੇਟਸ ਨੇ ਮੋਜ਼ੀਮੋ ਚੋਕਲੇਟ. ਸੋ ਅਸੀਂ ਦੇਖ ਸਕਦੇ ਹਾਂ ਡਿਫਰੈਂਟ ਡਿਫਰੈਂਟ ਇਸਦੇ ਵਿੱਚ ਚੋਕਲੇਟਸ ਦੇਖਣ ਨੂੰ ਮਿਲਣਗੀਆਂ. ਥੋੜ੍ਹਾ ਜਿਹਾ ਇਹਦੇ ਬਾਰੇ ਵੀ ਜਾਣਦੇ ਹਾਂ ਕਿਉਂਕਿ ਮੈਂ ਤਾਂ ਸਿਰਫ ਚੋਕਲੇਟ ਬਾਰੇ ਮਤਲਬ ਦੱਸ ਸਕਦੀ ਹਾਂ ਕਿ ਹੈਗੀਆਂ ਨੇ ਕੀ ਨੇ ਕਿਹੋ ਜਿਹੀਆਂ ਨੇ ਆਓ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ. ਸੋ ਚਮਨ ਜੀ ਸਾਡੇ ਨਾਲ ਨੇ ਇਹ ਸਾਰਿਆਂ ਨੂੰ ਬਹੁਤ ਪਿਆਰ ਦੇ ਨਾਲ ਬੜੀ ਅਦਬ ਦੇ ਨਾਲ ਚੋਕਲੇਟਸ ਟੇਸਟ ਕਰਵਾ ਰਹੇ ਨੇ. ਪਲੀਜ਼ ਮੈਨੂੰ ਆਹ ਮੋਜ਼ੀਮੋ ਚੋਕਲੇਟਸ ਬਾਰੇ ਜ਼ਰੂਰ ਦੱਸੋ. ਮੋਜ਼ੀਮੋ ਚੋਕਲੇਟ ਮੈਮ ਇੱਕ ਤੋਂ ਨਾਰਥ ਇੰਡੀਆ ਦੇ ਅੰਦਰ ਇਹ ਪਹਿਲਾ ਕਨਸੈਪਟ ਹੈਗਾ ਜਿਹੜਾ ਬੀਨ ਟੂ ਬਾਰ ਕੰਮ ਕਰਦਾ ਹੈ. ਓਕੇ. ਹਾਂਜੀ ਆਪਾਂ ਮਤਲਬ ਕੇਰਲਾ ਤੋਂ ਬੀਨ ਪਰਚੇਸ ਕਰਦੇ ਨੇ ਜੀ. ਜੇ ਉਹਦੇ ਤੇ ਫਿਰ ਬੀਨ ਤੋਂ ਲੈ ਕੇ ਬਾਹਰ ਤੱਕ ਜਿੰਨਾ ਵੀ ਕੰਮ ਉਹ ਸਾਰਾ ਆਪਣੇ ਆਪ ਆਉਂਦਾ ਹੈ. ਆਪਣੇ ਆਪ ਆਪਣੇ ਸਟੋਰ ਤੇ ਕਰਦੇ ਹਾਂ ਜੀ ਸਾਰਾ ਜੀ. ਸੋ ਐਗਜ਼ੀਬਿਸ਼ਨ ਦੀ ਜਿੰਨੀ ਭੀੜ ਹੈ ਇੱਥੇ ਜ਼ਰੂਰ ਇੱਕ ਵਾਰ ਆ ਕੇ ਚੈੱਕ ਆਊਟ ਕਰ ਰਹੀ ਹੈ. ਬਿਲਕੁਲ ਬਿਲਕੁਲ ਬੜਾ ਕਾਫੀ ਪਿਆਰ ਮਿਲ ਰਿਹਾ ਜੀ ਸਾਡੇ ਚੌਕਲਾਂ ਨੂੰ. ਬੋਲੇ ਇੱਕ ਤਾਂ ਮਤਲਬ ਇੱਕ ਤਰ੍ਹਾਂ ਸੇ ਕਹਿ ਸਕਦੇ ਜੀ ਬਿਲਕੁਲ ਨਵੇਂ ਤਰੀਕੇ ਦੇ ਨੌਕੀ ਜੀ ਚੌਕਲੇਟ ਹੈਗੇ. ਸੋ ਹੈਲਥ ਵਾਈਜ਼ ਵੀ ਆਈ ਐਮ ਸ਼ੋਰ ਕਿਉਂਕਿ ਹਨਾ ਜੀ. ਬਿਲਕੁਲ ਬਿਲਕੁਲ ਹਾਂਜੀ ਹਾਂਜੀ. ਮੈਨੂੰ ਜ਼ਰੂਰ ਦੱਸੋ ਕਿ ਕਿਹੜੀ ਚੌਕਲੇਟ ਇਹੋ ਜੀ ਤੁਹਾਡੀ ਇਨਵੈਂਸ਼ਨ ਹੈ ਜਿਹੜੀ ਆਈ ਮੀਨ ਸਭ ਤੋਂ ਜ਼ਿਆਦਾ ਲੋਕੀ ਪਸੰਦ ਕਰਦੇ ਨੇ. ਬਹੁਤ ਜ਼ਿਆਦਾ ਲੋਕੀ ਜਿਹੜੇ ਪਸੰਦ ਕਰਦੇ ਜੀ ਡਾਰਕ 60 ਚ ਹੇਜ਼ਲਨਟ ਹੈਗੀ ਜੀ. ਪਲੀਜ਼ ਤੁਸੀਂ ਆ ਕੇ ਥੋੜਾ ਜਿਹਾ ਦੱਸੋ ਸਾਨੂੰ ਜੀ ਜਿਹੜੀ ਇਹ. ਓਕੇ ਹੇਜ਼ਲਨਟ ਚਾਕਲੇਟ ਜਿਹੜੀ ਤੁਹਾਡੀ ਹੈ ਇਹ ਬਹੁਤ ਜ਼ਿਆਦਾ ਲੋਕੀ ਪਸੰਦ ਕਰਦੇ ਨੇ. ਜੇ ਡਾਰਕ ਚਾਹੀਦੀ ਹੈ ਜੇ ਡਾਰਕ ਚਾਹੀਦੀ ਹੈ. ਹਾਂਜੀ ਹਾਂਜੀ. ਓਕੇ ਤੇ ਇਸ ਤੋਂ ਇਲਾਵਾ ਇੱਕ ਗੱਲ ਮੈਨੂੰ ਜ਼ਰੂਰ ਦੱਸੋ ਕਿ ਜਦੋਂ ਚੰਡੀਗੜ੍ਹ ਦੀ ਗੱਲ ਕਰ ਲਈਏ ਜਾਂ ਅਸੀਂ ਇੰਡੀਆ ਲੈਵਲ ਦੀ ਗੱਲ ਕਰ ਲਈਏ ਕਿਉਂਕਿ ਤੁਸੀਂ ਬੀਨਸ ਕਹਿ ਦੋ ਕੇਰਲਾ ਤੋਂ ਲੈ ਕੇ ਆਉਂਦੇ ਹੋ. ਸੋ ਕਿੱਦਾਂ ਫਿਊਚਰ ਵੇਖਦੇ ਹੋ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਡਿਮਾਂਡਿੰਗ ਇਸ ਨੂੰ ਲੈ ਕੇ? ਬਹੁਤ ਜ਼ਿਆਦਾ ਡਿਮਾਂਡਮੈਂਟ ਹੈ ਜੀ. ਬਹੁਤ ਜ਼ਿਆਦਾ ਚਾਕਲੇਟ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ. ਹਾਂਜੀ ਕਾਫੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਚਾਕਲੇਟ ਨੂੰ ਕਿਉਂਕਿ ਹੈਲਥ ਵਾਈਜ਼ ਵੀ ਤੁਹਾਨੂੰ ਪਤਾ ਹੈ ਚਾਕਲੇਟ ਕਿੱਦਾਂ ਦਾ ਗੁੱਡ ਫॉर एनर्जी. ਹਾਂਜੀ ਹਾਂਜੀ. ਸੋ ਠੀਕ ਹੈ ਕੋਈ ਇੱਕ ਸਾਨੂੰ ਟੇਸਟ ਕਰਵਾਓਗੇ? ਬਿਲਕੁਲ ਜੀ. ਆਪਾਂ ਹੇਜ਼ਲਨਟ ਦੀ ਗੱਲ ਕਰੀ ਸੀ ਡਾਰਕ ਹੇਜ਼ਲਨਟ ਤੁਸੀਂ ਡਾਰਕ. It's really good. It's really too good. But it's very tasty. Thank you so much. Thank you. Unakke chalke dekhte hain. Baki Chaman ji, thank you and all the best. Thank you.